ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕਮ ਜੀ ਆਇਆਂ ਨੂੰ, ਰੈਕਸ ਕਿਚਨ ਵਿੱਚ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ। ਅੱਜ ਅਸੀਂ ਆਲੂ ਦੇ ਲੱਛਾ ਪਕੌੜੇ ਬਣਾ ਰਹੇ ਹਾਂ। ਰਮਜ਼ਾਨ ਸ਼ਰੀਫ ਦੀ ਸਪੈਸ਼ਲ ਡਿਸ਼ ਹੈ, ਬਹੁਤ ਮਜ਼ੇਦਾਰ ਬਣਦੀ ਹੈ ਅਤੇ ਬਣਾਉਣੀ ਵੀ ਬਿਲਕੁਲ ਆਸਾਨ ਹੈ। ਬਹੁਤ ਖਸਤਾ ਅਤੇ ਬੜੇ ਮਜ਼ੇਦਾਰ ਲੱਛਾ ਪਕੌੜੇ ਬਣਦੇ ਆ। ਅਤੇ ਆਓ ਫਿਰ ਸ਼ੁਰੂ ਕਰੀਏ ਕਿ ਲੱਛਾ ਪਕੌੜੇ ਕਿਸ ਤਰ੍ਹਾਂ ਬਣਾਉਣੇ ਆ। ਸਭ ਤੋਂ ਪਹਿਲੇ ਅਸੀਂ ਆਲੂਆਂ ਨੂੰ ਅੱਛੀ ਤਰ੍ਹਾਂ ਧੋ ਲੈਣਾ, ਧੋ ਕੇ ਅਤੇ ਉਹਨੂੰ ਛਿੱਲਣਾ। ਆਲੂ ਛਿੱਲਣ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਦੂਕਸ ਕਰਨਾ ਹੈ। ਇਸ ਸਾਈਜ਼ ਦੇ ਮੁਤਾਬਕ ਤੁਸੀਂ ਸਾਰੇ ਆਲੂ ਕੱਦੂਕਸ ਕਰ ਲਓ। ਸਾਡੇ ਸਾਰੇ ਆਲੂ ਕੱਦੂਕਸ ਹੋ ਗਏ। ਹੁਣ ਅਸੀਂ ਇਹਨਾਂ ਆਲੂਆਂ ਵਿੱਚ ਇੱਕ ਚਮਚ ਨਮਕ ਦਾ ਪਾ ਲੈਂਦੇ ਅਤੇ ਬਾਕੀ ਪਾਣੀ ਪਾ ਕੇ ਅਤੇ ਆਲੂਆਂ ਨੂੰ ਅੱਛੀ ਤਰ੍ਹਾਂ ਪਾਣੀ 'ਚ ਡੁਬੋ ਲਓ। ਥੋੜ੍ਹਾ ਜਿਹਾ ਹਿਲਾ ਕੇ ਅਤੇ ਤਕਰੀਬਨ ਇਹਨੂੰ ਕੋਈ 10-15 ਮਿੰਟ ਇਸ ਤਰ੍ਹਾਂ ਹੀ ਪਿਆ ਰਹਿਣ ਦਿਓ। ਤਕਰੀਬਨ 15 ਮਿੰਟ ਹੋ ਗਏ। ਹੁਣ ਅਸੀਂ ਆਲੂਆਂ ਨੂੰ ਅੱਛੀ ਤਰ੍ਹਾਂ ਨਿਚੋੜਨਾ, ਨਿਚੋੜ ਕੇ ਕਿਸੇ ਅਲੱਗ ਬਰਤਨ 'ਚ ਕਰ ਲੈਂਦੇ ਹਾਂ। ਅੱਛੀ ਤਰ੍ਹਾਂ ਨਿਚੋੜਨਾ ਬੜਾ ਜ਼ਰੂਰੀ ਹੈ, ਕਿਉਂਕਿ ਅਗਰ ਜ਼ਿਆਦਾ ਪਾਣੀ ਆਲੂਆਂ 'ਚ ਰਹਿ ਗਿਆ ਤਾਂ ਫਿਰ ਆਲੂਆਂ ਦੀ ਕੋਟਿੰਗ ਸਹੀ ਨਹੀਂ ਹੋਣੀ। ਇਸ ਵਾਸਤੇ ਦਬਾ ਕੇ ਨਿਚੋੜ ਕੇ ਅਤੇ ਸਾਰੇ ਆਲੂ ਅਲੱਗ ਬਰਤਨ 'ਚ ਕਰ ਲਓ। ਹੁਣ ਅਸੀਂ ਇਹਨਾਂ ਆਲੂਆਂ ਦੇ ਵਿੱਚ 3 ਚਮਚ ਬੇਸਣ ਦੇ ਪਾ ਲੈਂਦੇ ਹਾਂ, 3 ਚਮਚ ਕਾਰਨਫਲੋਰ ਦੇ ਪਾ ਲਓ, ਅੱਧੀ ਚਮਚੀ ਧਨੀਆ ਪਾਊਡਰ ਦੀ, ਅੱਧੀ ਚਮਚੀ ਜ਼ੀਰਾ ਪਾਊਡਰ ਦੀ ਅਤੇ ਅੱਧੀ ਚਮਚ ਕਾਲੀ ਮਿਰਚ ਦੀ ਪਾ ਲਓ। ਇਸ ਤੋਂ ਬਾਅਦ ਅਸੀਂ ਅੱਧੀ ਚਮਚ ਹਲਦੀ, ਅੱਧੀ ਚਮਚ ਲਾਲ ਮਿਰਚ ਅਤੇ ਤਕਰੀਬਨ ਅੱਧੀ ਚਮਚ ਨਮਕ ਦੀ ਪਾ ਲੈਂਦੇ ਹਾਂ। ਨਮਕ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਜ਼ਿਆਦਾ ਜਾਂ ਕੰਮ ਵੀ ਕਰ ਸਕਦੇ ਹੋ। ਸਾਰੇ ਮਸਾਲਿਆਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ। ਅਤੇ ਹੁਣ ਅਸੀਂ ਥੋੜ੍ਹੀ ਜਿਹੀ ਹਰੀ ਮਿਰਚ ਬਰੀਕ ਕੱਟ ਕੇ ਪਾਉਂਦੇ ਹਾਂ ਅਤੇ ਨਾਲ ਹਰਾ ਧਨੀਆ ਪਾ ਲੈਂਦੇ ਹਾਂ ਅਤੇ ਇਹਨਾਂ ਨੂੰ ਮਿਕਸ ਕਰ ਲਓ। ਦੂਜੇ ਪਾਸੇ ਸਾਡਾ ਤੇਲ ਗਰਮ ਹੋ ਗਿਆ ਅਤੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ। ਇਸੇ ਤਰ੍ਹਾਂ ਥੋੜ੍ਹੇ ਥੋੜ੍ਹੇ ਕਰਕੇ ਤੁਸੀਂ ਛੋਟੇ ਛੋਟੇ ਪਕੌੜੇ ਤੇਲ 'ਚ ਪਾ ਲਓ ਅਤੇ ਇਹਨਾਂ ਨੂੰ ਫਰਾਈ ਕਰ ਲਓ। ਦਰਮਿਆਨੇ ਅੱਗ 'ਤੇ ਫਰਾਈ ਕਰ ਲਓ। ਬਸ ਇੱਕ ਦੋ ਦਫ਼ਾ ਪਲਟ ਦਿਓ ਅਤੇ ਜਦੋਂ ਗੋਲਡਨ ਕਲਰ ਹੋ ਜਾਏ ਤਾਂ ਸਮਝੋ ਸਾਡੇ ਪਕੌੜੇ ਤਿਆਰ ਹੋ ਗਏ। ਇਹ ਦੇਖੋ ਸਾਡੇ ਲੱਛਾ ਪਕੌੜਿਆਂ ਦਾ ਕਲਰ ਕਾਫ਼ੀ ਗੋਲਡਨ ਹੋ ਗਿਆ। ਅਤੇ ਸਾਡੇ ਲੱਛਾ ਪਕੌੜੇ ਤਿਆਰ ਹੋ ਗਏ ਅਤੇ ਲੱਛਾ ਪਕੌੜੇ ਗਰਮ ਗਰਮ ਮਹਿਮਾਨਾਂ ਨੂੰ ਖਵਾਓ ਅਤੇ ਖੁਦ ਵੀ ਖਾਓ। ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਅਤੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰ ਦਿਆ ਕਰੋ। ਮੇਰੀ ਵੀਡੀਓ ਦੇਖਣ ਦਾ ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ।